ਉਸ ਸਮੇਂ ਹਫਰਾ ਤਫੜੀ ਮਚ ਗਈ ਜਦੋਂ ਕਿ ਇੱਕ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਇਸ ਮੌਕੇ ਤੇ ਦੁਕਾਨਦਾਰਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਦੇ ਨਾਲ ਜਿਹੜੀ ਹੈ ਲੱਗੀ ਹੈ। ਅੱਗ ਲੱਗਣ ਦੇ ਕਰਕੇ ਦੁਕਾਨਾਂ ਦੇ ਅੰਦਰ ਸਮਾਨ ਸੜ ਕੇ ਸਵਾਹ ਹੋ ਗਿਆ ਤੇ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵੀ ਮਾਮਲੇ ਦੀ ਜਾਂਚ ਦੇ ਵਿੱਚ ਲੱਗੇ ਹੋਏ ਨੇ। ਸ਼ਾਰਟ ਸਰਕਟ ਦੇ ਕਰਕੇ ਅੱਗ ਲੱਗੀ ਇਸ ਬਾਜ਼ਾਰ ਟਾਈਮ ਸੀ ਬੰਦ ਕਰਨ ਦਾ, ਸਾਰੇ ਲੋਕ ਦੁਕਾਨਾਂ ਵਧਾ ਕੇ ਜਿਹੜਾ ਇੱਥੋਂ ਜਾ ਰਹੇ ਸੀ ਤੇ ਅਚਾਨਕ ਕਿਸੇ ਦਾ ਧਿਆਨ ਪਿਆ ਕਿ ਇੱਥੇ ਅੱਗ ਲੱਗੀ ਆ। ਤੋ ਇਸ ਕਾਰਨ ਇੱਕ ਦੁਕਾਨ ਨੂੰ ਕਾਫੀ ਉਹਦਾ ਨੁਕਸਾਨ ਹੋ ਗਿਆ, ਤਕਰੀਬਨ ਉਹਨਾਂ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ। ਜਦੋਂ ਅੱਗ ਜਿਹੜੀ ਉਹ ਕਾਫੀ ਵੱਧ ਗਈ ਤੇ ਓਪੋਜਿਟ ਦੁਕਾਨਾਂ ਉਹਨਾਂ ਨੂੰ ਵੀ ਉਹਨੇ ਕਵਰ ਕਰ ਲਿਆ ਅੱਗ ਦੇ ਨਾਲ। ਸੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਦੇ ਨਾਲ ਜਿਹੜਾ ਉਹ ਸਾਰੀ ਕਵਰ ਕਰ ਲਿਆ ਗਿਆ। ਹੁਣ ਹੁਣ ਜਿਹੜੀ ਸਥਿਤੀ ਆ ਜਿਹੜੀ ਕਾਬੂ ਚ ਆ, ਪਰ ਇਹਨਾਂ ਦਾ ਜਿਹੜਾ ਨੁਕਸਾਨ ਕਾਫੀ ਹੋ ਗਿਆ। ਦੁਕਾਨ ਨੂੰ ਅੱਗ ਲੱਗੀ ਆ, ਦੂਸਰੀਆਂ ਦੁਕਾਨਾਂ ਨੂੰ ਜਿਹੜੀ ਆ ਥੋੜੀ ਬਹੁਤੀ ਅੱਗ ਪਈ, ਪਰ ਉਹਨਾਂ ਸਾਰੀਆਂ ਦੁਕਾਨਾਂ ਦਾ ਬਚਾਅ ਹੋ ਗਿਆ। ਇਹ ਕੱਪੜੇ ਦੀ ਦੁਕਾਨ ਸੀ ਸਾਡੇ, ਕਾਰਨ ਵੇਖੋ ਕੁਦਰਤੀ ਆ, ਜਾਂ ਤੇ ਕੋਈ ਸ਼ਾਰਟ ਸਰਕਟ ਹੋ ਗਿਆ ਅੰਦਰ, ਉਹਦੇ ਨਾਲ ਅੱਗ ਕੋਈ ਸਫਲ ਅਜੇ ਬੰਦ ਕਰਦੇ ਪਏ ਸੀ, ਬੰਦ ਕਰਕੇ ਤੇ ਅਸੀਂ ਬਾਜ਼ਾਰ ਚ ਆਏ ਆ। ਆਉਣ ਤੋਂ ਬਾਅਦ ਜਦੋਂ ਆਪਾਂ ਮੇਰੀ ਬੇਟੀ ਨਾਲ ਸੀ, ਅਸੀਂ ਸੈਰ ਕਰਨ ਨਿਕਲਿਆ, ਦੇਖਿਆ ਇੱਥੇ ਅੱਗ ਲੱਗੀ ਦੀ। ਅਸੀਂ ਉਸੇ ਲਈ SDO ਸਾਹਿਬ ਨੂੰ ਫੋਨ ਕੀਤਾ ਬਿਜਲੀ ਬੋਰਡ ਨੂੰ ਫਸਟ, ਉਹਨਾਂ ਨੇ ਇੱਕੋ ਮਿੰਟ ਚ ਲਾਈਟ ਬੰਦ ਕਰਾਤੀ ਹੈ। ਉਹਦੇ ਬਾਅਦ ਨਾਲ ਹੀ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ, ਉਸੇ ਵੇਲੇ ਆ ਗਈ ਹੈ। ਥੋੜੀ ਚਲੋ ਰਾਹ ਚ ਰੇੜੀਆਂ ਰੂੜੀਆਂ ਲੱਗੀਆਂ ਸੀ, ਮੁਸ਼ਕਲ ਆਈ ਹੈ ਜਾਂ ਕੋਈ ਦਿੱਕਤ ਆਈ ਹੈ, ਉਹ ਵੀ ਫਿਰ ਵੀ ਉਹਨਾਂ ਨੇ ਪਹੁੰਚ ਕੇ ਬਹੁਤ ਹਿੰਮਤ ਕੀਤੀ ਹੈ। ਉਹ ਮਨਿਆਰੀ ਵਾਲੇ ਦਾ ਬਚਾਅ ਹੋ ਗਿਆ, ਇਹ ਸਾਰੇ ਪ੍ਰਸ਼ਾਸਨ ਦੀ ਮਿਹਨਤ ਨਾਲ, ਲੋਕਾਂ ਦੀ, ਦੁਕਾਨਦਾਰਾਂ ਦੀ ਮਿਹਨਤ ਸੀ। ਉਹ ਮੁੰਡਾ ਮੁਹੰਮਦਨ ਹੈ, ਉਹਨੇ ਰੈਂਟ ਤੇ ਲਈ ਦੀ ਸੀ ਦੁਕਾਨ, ਉਹ ਪ੍ਰਵਾਸੀ ਮੁੰਡਾ, ਉਹਦਾ ਕੱਪੜੇ ਵਾਲੇ ਦਾ ਵਿਚਾਰੇ ਦਾ ਸਾਰਾ ਸੜ ਗਿਆ ਨਾ। ਬਜਾਜੀ ਰੈਂਟ ਤੇ ਲਈ ਦੀ ਸੀ ਲਵਲੀ ਵਾਲਿਆਂ ਕੋਲ ਦੁਕਾਨ, ਲਵਲੀ ਕਰਨ। ਦੇਖੋ ਦੁਕਾਨਦਾਰ ਅਸੀਂ ਇਕੱਠੇ ਹੋ ਕੇ ਜਿੰਨੀ ਹੋ ਸਕੇ ਉਹਦੀ ਮਦਦ ਕਰਾਂਗੇ। ਇਹ ਲੋਕਾਂ ਦੀ ਵੀ ਅਣਗਹਿਲੀ ਹੈ, ਮੈਂ ਦੁਕਾਨਦਾਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਤੁਹਾਡੇ ਰਾਹੀਂ ਮੇਰਾ ਮੈਸੇਜ ਜ਼ਰੂਰ ਪਹੁੰਚਾਇਆ ਜੀ, ਰਾਤ ਆਪਣੀ ਦੁਕਾਨ ਦੇ ਮੇਨ ਸਵਿੱਚ ਆਫ ਕਰਕੇ ਜਾਣਾ ਚਾਹੀਦਾ, ਇਨਵਰਟਰ ਆਫ ਕਰਕੇ ਜਾਣਾ ਚਾਹੀਦਾ। ਜਦੋਂ ਅਸੀਂ ਇਨਵਰਟਰ ਜਾਂ ਕੈਮਰਾ ਚੱਲਦਾ ਛੱਡ ਦਿੰਦੇ ਹਾਂ, ਅੰਦਰ ਕੋਈ ਚੂਹਾ ਤਾਰ ਟੁੱਕਦਾ, ਉਹਨਾਂ ਸਪਾਰਕ ਹੋ ਕੇ ਅੱਗ ਦੁਕਾਨ ਦੇ ਅੰਦਰੋਂ ਅੱਗ ਲੱਗੀ ਆ, ਬਾਹਰੋਂ ਨਹੀਂ ਲੱਗੀ। ਆਪਾਂ ਗਲਤ ਕਿਸੇ ਨੂੰ ਕਹਿਣਾ ਨਹੀਂ ਇਸ ਗੱਲ, ਜੇ ਬਾਹਰੋਂ ਲੱਗੀ ਹੋਏ ਤੇ ਆਪਾਂ ਕਹਿ ਦਈਏ ਬਿਜਲੀ ਬੋਰਡ ਦਾ ਕਸੂਰ ਆ, ਪਰ ਬਿਜਲੀ ਬੋਰਡ ਨੇ ਸਾਡੀ ਪੂਰੀ ਬਾਂਹ ਫੜੀ ਹੈ ਨਾਲ, ਉਹਨੇ ਇੱਕੋ ਮਿੰਟ ਚ ਲਾਈਟ ਬੰਦ ਕਰਾਈ ਹੈ। ਲਾਗੇ ਇੱਕੋ ਨੂੰ ਪਈ ਆ ਹੋਰ ਮਨਿਆਰੀ ਵਾਲੇ ਨੂੰ, ਪਰ ਪਰਮਾਤਮਾ ਨੇ ਉਹਨੂੰ ਵੀ ਹੱਥ ਦੇ ਕੇ ਰੱਖ ਲਿਆ, ਉਹਦਾ ਬਚਾਅ ਹੋ ਗਿਆ। ਉਹ ਵਿਚਾਰੇ ਦਾ ਜਿਹਦਾ ਨੁਕਸਾਨ ਹੋਇਆ ਉਹ ਤੇ ਨਹੀਂ ਦੁਬਾਰਾ ਸਕਦਾ। ਫਿਰ ਵੀ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਉਹਦੀ ਮਦਦ ਕਰੇ, ਦੁਕਾਨਦਾਰ ਉਹਦੀ ਮਦਦ ਕਰਨ, ਵਪਾਰ ਮੰਡਲ ਅੱਗੇ ਆਏ। ਇਹੀ ਸਾਡੀ ਫਾਇਰ ਬ੍ਰਿਗੇਡ ਦੀ ਗੱਡੀ ਉਸੇ ਵੇਲੇ ਆ ਗਈ ਸੀ, ਇੱਕ ਮਿੰਟ ਤੋਂ ਵੀ ਵੱਧ ਨਹੀਂ ਲੱਗਾ। ਸਾਡੇ ਲੋਕਾਂ ਦੀ ਹੋਰ ਵੀ ਬੜੀ ਕਸੂਰ ਆ, ਜਿਵੇਂ ਲੋਕੀ ਆਉਂਦੇ ਅੱਗ ਵੇਖਣ, ਉਹ ਰਾਹ 'ਚ ਆਪਣੀਆਂ ਪਾਰਕਿੰਗ ਕਰ ਜਾਂਦੇ ਆ ਸਕੂਟਰੀਆਂ, ਉਹਦੇ ਕਰਕੇ ਵੀ ਬੜੀ ਪਰੇਸ਼ਾਨੀ ਆਈ ਆ। ਤਾਰਾਂ ਜ਼ਰੂਰ ਥੋੜੀਆਂ ਨੀਵੀਆਂ ਵਾ, ਉਹਨੂੰ ਉੱਚਾ ਕਰਵਾਉਣ, ਅਸੀਂ ਪ੍ਰਸ਼ਾਸਨ ਅੱਗੇ ਕਹਿੰਦੇ ਆ, ਪਰ ਸਾਡੇ ਲੋਕਾਂ ਦੇ ਛੱਡੇ ਵਧੇ ਦੇ ਆ ਦੁਕਾਨਾਂ ਦੇ, ਅਸੀਂ ਦੁਕਾਨਦਾਰ ਵੀ ਵਿੱਚ ਕਸੂਰਵਾਰ ਆ ਜੀ। ਕੱਲਾ ਅਸੀਂ ਕਹਿ ਦਈਏ ਕਿ ਤਾਰਾਂ ਦਾ ਕਸੂਰ ਆ, ਤਾਰਾਂ ਵੀ ਕਸੂਰਵਾਰ ਹੋ ਸਕਦੀਆਂ, ਪਰ ਅਸੀਂ